ਨਿਊਜ਼ ਚੈਨਲ ਬਣਾ ਰਹੇ ਆ, ਆਪ ਜੀ ਚੈਨਲ ਬਣਾ ਰਹੇ ਆ। ਦੋ ਬਾਤੇ ਹੋਤੀ ਹੈ, ਨਾ ਤੋ ਮੇਰੇ ਕੋ ਫੁਟੇਜ ਆਈ ਹੈ ਕਿ ਉਸਨੇ ਥੱਪੜ ਮਾਰਾ ਹੈ। ਅਗਰ ਫੁਟੇਜ ਨਹੀਂ ਆਈ ਹੈ ਤੋ ਕਿਸ ਬਿਹਾਰ ਪੇ ਉਸਕੋ ਪਰਚਾ ਦਰਜ ਕੀਆ ਹੈ। ਸੈਕੰਡਲੀ, ਵੋ ਸੀਏ ਸਭ ਕੀ ਜਵਾਨ ਹੈ, ਅਗਰ ਵੋ ਆਪਣੀ ਡਿਊਟੀ ਜਿਹੜੀ ਤੇ ਮਸ਼ਤਾਇਦ ਹੈ ਵੋ ਆਪਣੀ ਡਿਊਟੀ ਕਰ ਰਹੀ ਹੈ ਤੋ ਕਿਸ ਆਧਾਰ ਪੇ ਉਸਕੋ ਪਰਚਾ ਦਰਜ ਕੀਆ। ਅਗਰ ਇੰਡੀਆ ਕਾ ਕਾਨੂੰਨ ਸਭ ਕੇ ਲਈ ਏਕ ਹੈ ਤੋ ਸੰਸਦ ਕੇ ਲਈ ਰਹੀ ਹੈ। ਅਗਰ ਸਿਕਿਉਰਿਟੀ ਦੀ ਬਾਤ ਆਉਂਦੀ ਹੈ, ਅਗਰ ਕੱਲ੍ਹ ਕੋ ਵਹਾਂ ਪੇ ਕੁਛ ਹੋ ਜਾਏ ਤੋ ਸੀਆਈਐਸ ਕਾ ਐਸਐਫ ਕੇ ਜਵਾਨ ਪੇ ਕਾਰਵਾਈ ਆ ਗਈ ਨਾ, ਜੋ ਆਪਣੀ ਸਿਕਿਉਰਿਟੀ ਆਪਣਾ ਡਿਊਟੀ ਮਸ਼ਤਾਇਦ ਸੀ। ਅਗਰ ਵੋ ਆਪਣੀ ਡਿਊਟੀ ਕਰ ਰਹੀ ਹੈ ਤੋ ਸੰਸਦ ਕੋ ਕਿਆ ਹੱਕ ਹੈ, ਚਾਹੇ ਵੋ ਐਮਪੀ ਬਣ ਗਏ ਉਨਕੋ ਕਿਆ ਹੱਕ ਹੈ ਕਿ ਵੋ ਰੂਲ ਕੋ ਬ੍ਰੇਕ ਕਰੇ। ਕਹੀਂ ਪੇ ਪ੍ਰਾਵਧਾਨ ਹੈ ਯਹਾਂ ਪੇ ਕਿ ਆਪ ਰੂਲ ਬ੍ਰੇਕ ਕਰ ਸਕਤੇ ਹੈ, ਅਗਰ ਆਪ ਐਮਪੀ ਬਣ ਗਏ। ਆਪ ਕੋ ਪਹਿਲੇ ਬੋਲ ਸਕਤੇ ਅਭੀ ਤੱਕ ਫੁਟੇਜ ਨਹੀਂ ਆਈ ਹੈ, ਨਾ ਹੀ ਕੋ ਅਫੀਸ਼ੀਅਲ ਬਿਆਨ ਆਇਆ। ਕਿਸਾਨ ਧਰਨੇ ਪੇ ਬੈਠੇ ਹੈ, ਵੋ 100-100 ਰੁਪਏ ਕੇ ਲਿਏ ਬੈਠੇ ਹੈ, ਵੋ ਤੋ ਅਫੀਸ਼ੀਅਲ ਬਿਆਨ ਹੈ ਨਾ, ਉਸ ਪੇ ਕਿਆ ਕਾਰਵਾਈ ਕੀ ਗਈ। ਕੰਗਨਾ ਦੇ ਤੁਮ ਬਾਰ ਬਾਰ ਦੇਖੋ, ਉਹ ਪੰਜਾਬੀਆਂ ਦੇ ਜਖਮਾਂ ਦੇ ਉੱਤੇ ਲੂਣ ਛਿੜਕ ਰਹੀ ਆ, ਕੀ ਟਵੀਟ ਕਰ ਰਹੀ ਇਹ ਪਰਚਾ ਕਿਸ ਦੀ ਤਰਫ ਸੇ ਦਰਜ ਹੋਇਆ ਹੈ ਜਿਹੜੇ ਅੱਜ ਤੋਂ 40 ਸਾਲ ਪਹਿਲਾਂ ਦੇ ਦਾ ਕੰਪਲੇਨਟ। ਕੋਈ ਵੀ ਮੈਂ ਆਪ ਕੋ ਬਾਤ ਬਤਾਨਾ ਚਾਹਤਾ ਨਾ, ਮੇਰੇ ਪਹਿਲੇ ਬਾਤ ਸੁਣੀਏ। ਜਬ ਇੱਕ ਆਦਮੀ ਠੀਕ ਹੈ ਤੋ ਵਾਇਲੈਂਸ ਕਰਤਾ ਹੈ, ਦੋ ਵਾਇਲੈਂਸ ਹੋਤੀ ਹੈ, ਇੱਕ ਤੋ ਫਿਜ਼ੀਕਲੀ ਹੋਤੀ ਹੈ, ਇੱਕ ਆਪਕੇ ਆਵਾਜ਼ ਸੇ ਹੋਤੀ ਹੈ। ਜਬ ਕੰਗਨਾ ਜੇ ਬਿਆਨ ਦੇਤੀ ਹੈ ਕਿ ਜੇ ਖਾਲਿਸਤਾਨੀ ਹੈ, ਜੇ ਟੈਰਰਿਸਟ ਹੈ, ਚੀਨ ਬਾਗ ਕੇ ਸਭ ਸੇ ਬੁਲਾਇਆ ਜਾਤਾ ਹੈ, ਉਸ ਵਕਤ ਕੰਗਨਾ ਮੇਂ ਕਿਆ ਕਾਰਵਾਈ ਹੋਈ, ਕਿਆ ਕਿਸਾਨ ਇਸ ਦੇਸ਼ ਕੇ ਨਾਗਰਿਕ ਨਹੀਂ ਹੈ। ਦੂਸਰੀ ਬਾਤ, ਉਸਨੇ ਹੇਟ ਸਪੀਚਸ ਕੀ ਪੰਜਾਬ ਕੇ ਖਿਲਾਫ, ਉਸਕੋ ਲੋਕ ਸਭਾ ਟਿਕਟ ਦੀ ਗਈ। ਮਿਸ਼ਰਾ ਜੀ ਯੂਪੀ ਮੇਂ ਠੀਕ ਹੈ, ਉਹਨਾਂ ਨੇ ਕਿਸਾਨ ਪੇ ਗਾੜੀ ਚਲਾ ਲਈ, 8 ਕਿਸਾਨ ਮਾਰੇ ਗਏ ਵਹਾਂ ਪੇ, ਉਨਕੋ ਲੋਕ ਸਭਾ ਟਿਕਟ ਦੇ ਦੀ ਗਈ। ਠੀਕ ਹੈ ਸਰ, ਤੋ ਯਹਾਂ ਪੇ ਜੋ ਲੋਕ ਹੇਟ ਸਪੀਚ ਦੇਤੇ ਹੈ, ਜੋ ਯਹਾਂ ਪੇ ਇੱਕ ਸਲੋਗਨ ਬਹੁਤ ਬੜਾ ਚਲਾ ਥਾ ਤਾ, ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ, ਕਿਆ ਦੇਸ਼ ਕਾ ਕਾਨੂੰਨ ਪੇ ਲਾਗੂ ਨਹੀਂ ਹੋਤਾ, ਸਿਰਫ ਕਿਸਾਨੋਂ ਪੇ ਲਾਗੂ ਹੋਤਾ ਹੈ, ਸਿਰਫ ਪੰਜਾਬ ਪੇ ਲਾਗੂ ਹੋਤਾ ਹੈ। ਦੂਸਰੀ ਬਾਤ, ਇਸੀ ਪੰਜਾਬ ਮੇਂ ਥੋੜੇ ਦਿਨ ਪਹਿਲੇ ਬੀਜੇਪੀ ਕੱਦਾਵਰ ਨੇਤਾ ਆਏ, ਜਿਸ ਮੇਂ ਪ੍ਰਾਈਮ ਮਿਨਿਸਟਰ ਮੋਦੀ ਜੀ ਵੀ ਆਏ ਥੇ, ਤੋ ਆਪ ਬਤਾ ਦੇ ਕਬ ਸਿਕਿਉਰਿਟੀ ਮੇਂ ਚੂਕ ਹੋਈ, ਕਿਆ ਟੈਰਰਿਸਟ ਅਟੈਕ ਹੁਆ, ਕੌਣ ਸਾ ਯਹਾਂ ਪੇ ਟੈਰਰਿਸਟ ਅਟੈਕ ਹੋ, ਕਿ ਆਪ ਬੋਲ ਏਕ ਵਿਅਕਤੀ ਬੋਲ ਦੇਤਾ ਹੈ, ਤੋ ਕੰਗਨਾ ਇਸ ਬਾਤ ਕਾ ਪ੍ਰੂਫ ਦੇ ਕੇ ਪੰਜਾਬ ਮੇਂ ਖਾਲਿਸਤਾਨੀ ਕੋਈ ਆਤੰਕਵਾਦੀ ਹੈ, ਕੋਈ ਐਸੀ ਘਟਨਾ ਹੋਈ ਹੈ। ਅੱਛਾ, ਉਹਨੇ ਬੋਲ ਦਿਆ, ਉਹ ਬੜੇ ਆਦਮੀ ਉਹਨਾਂ ਕੀ ਮਾਨ ਲਈ ਕਿਸਾਨ ਕਾ ਪੁੱਛਣੇ, ਭਾਈ ਸਾਹਿਬ ਉਹ 16 ਸਾਲ ਸੇ ਉਹ ਲੜਕੀ ਜੋਬ ਕਰ ਰਹੀ ਹੈ, ਆਜ ਤੱਕ ਉਸਦੀ ਇੱਕ ਵੀ ਰਿਪੋਰਟ ਨਹੀਂ ਹੈ, ਤੋ ਅਗਰ ਕੁਛ ਹੁਆ ਹੈ, ਅਗਰ ਧੂੰਆਂ ਉਠਾਏ ਤਾਂ ਕਹੀਂ ਸੇ ਆਗ ਲੱਗੀ ਹੋਗੀ ਨਾ, ਅਗਰ ਉਸਕੀ ਇਨਸਲਟ ਹੋਈ ਹੋਗੀ। ਦੋ ਬਾਤੇਂ ਹੋਤੀ ਹੈ, ਆਪ ਕਿਸੇ ਚੀਜ਼ ਕੋ ਦਬਾ ਰਹੇ ਹੈ, ਉਸਕਾ ਇੱਕ ਲਿਮਿਟ ਹੋਤੀ ਹੈ ਕਿ ਕਿਤਨਾ ਪ੍ਰੈਸ਼ਰ ਝੇਲ ਸਕਤਾ ਹੈ, ਤੋ ਇੱਕ ਦਿਨ ਤੋ ਵੋ ਫਟੇਗਾ ਨਾ। ਤੋ ਆਪ ਡਿਮਾਂਡ ਕਰਤੇ ਹੈ ਕਿ ਇੰਡੀਪੈਂਡੈਂਟ ਇੰਡੀਪੈਂਡੈਂਟ ਜਾਂਚ ਹੋ, ਉਸਕੀ ਫੁਟੇਜ ਬਾਹਰ ਆਏ, ਲੋਕੋ ਕੋ ਪਤਾ ਲਗੇ, ਜੋ ਕਭੀ ਲੋਕ ਲਹਿਰ ਬਣੀ ਹੈ, ਲੋਕੋ ਮੇਂ ਗੁੱਸਾ ਹੈ। ਜੋ ਕੰਗਨਾ ਨੇ ਟਵੀਟ ਕੀਏ ਹੈ, ਕੰਗਨਾ ਨੇ ਕੌਰ ਖਾਲਿਸਤਾਨੀ ਬੋਲਾ ਹੈ, ਉਹ ਵੀ ਬਾਹਰ ਆਏ ਸੀਸੀਟੀਵੀ ਫੁਟੇਜ, ਔਰ ਉਸ ਪਰ ਪਰਚਾ ਦਰਜ ਹੋ ਕੰਗਨਾ। ਆਪ ਜਾਂਚ ਕਰੇ ਨਾ, ਜਾਂਚ ਸੇ ਪਹਿਲੇ ਲੋਕੋ ਕੋ ਤੋ ਪਤਾ ਨਹੀਂ ਕਿਆ ਹੁਆ ਉਸਕੇ ਪਰਿਵਾਰ ਮੇਂ। ਦੂਸਰੀ ਬਾਤ ਮੈਂ ਆਪਕੋ ਬਤਾਤਾ ਹੂੰ, ਜੇ ਸਰਕਾਰੋਂ ਮੇਂ ਚਲਤਾ ਹੈ, ਪੰਜਾਬ ਮੇਂ ਵੀ ਯਹੀ ਹੁਆ, ਜਬ ਲੋਕ ਸਭਾ ਇਲੈਕਸ਼ਨ ਚੱਲ ਰਹੇ ਥੇ ਤੋ ਕੁਛ ਨੌਜਵਾਨੋਂ ਨੇ ਸਵਾਲ ਪੁੱਛਾ, ਐਮਪੀਸ ਦੇ ਕੈਂਡੀਡੇਟ ਦੇ ਦੋ, ਕੁਛ ਬਠਿੰਡਾ ਕੇ ਤੇ ਇੱਕ ਫਰੀਦਕੋਟ ਮਿਲਾ, ਉਨਕੇ ਪਰਿਵਾਰ ਕੋ ਵੀ ਉਠਾ ਲਿਆ ਗਿਆ। ਆਪ ਕਾਰਵਾਈ ਕੀਤੀਏ, ਜੇ ਫਰੀਡਮ ਆਫ ਸਪੀਚ ਹੈ ਨਾ, ਆਪ ਬੋਲ ਸਕਦੇ ਹੈ, ਤੋ ਯਹੀ ਹੈ ਕਿ ਤਾਨਾਸ਼ਾਹ ਤੋ ਨਹੀਂ ਹੈ ਨਾ, ਕੰਗਨਾ ਵੀ ਤਾਨਾਸ਼ਾਹ ਨਹੀਂ ਹੈ, ਕੋਈ ਕਾਂਗਰਸ ਐਮਪੀ ਹੋਗਾ ਉਹ ਵੀ ਤਾਨਾਸ਼ਾਹ ਨਹੀਂ ਹੈ, ਪਰ ਕੁਛ ਤੋ ਹੋਣਾ ਚਾਹੀਏ ਨਾ, ਤਾਨਾਸ਼ਾਹ ਤੋ ਨਹੀਂ ਹੋ ਜਾਂਦਾ, ਆਪ ਤੋ ਕਿਸੇ ਨੇ ਇਲੈਕਟ ਕਰ ਲਿਆ। ਅੱਛਾ, ਅਜਿਹੀ ਬਾਤ ਅਗਰ ਜੋ ਆਜ਼ਾਦ ਕੈਂਡੀਡੇਟ ਹਮਾਰੇ ਤੋਂ ਜਿੱਤੇ, ਪਹਿਲੇ ਗੁਰਜੀਤ ਸਿੰਘ ਔਜਲਾ ਮੇਰਾ ਭਾਈ ਹੈ, ਉਸਸੇ ਬਾਤ ਕੀ ਹੈ, ਬਾਹਰ ਵੀ ਇਸ ਪਹਿਲੇ ਦਿਨ ਉਸਕੋ ਸਵਾਲ ਕਰੇ ਕਿ ਕੌਣ ਵੱਖਵਾਦੀ ਹੈ, ਕੌਣ ਅੱਤਵਾਦੀ ਹੈ, ਜੇ ਜੋ ਪੰਜਾਬੀ ਹੈ ਦੇਸ਼ ਕਾ, ਅੱਜ ਸੇ 40 ਸਾਲ ਪਹਿਲੇ ਜਬ ਕਹੀਂ ਰਾਜ ਨਹੀਂ ਹੋਤਾ ਥਾ ਹਿੰਦੁਸਤਾਨ ਮੇਂ, ਪੰਜਾਬ ਮੇਂ ਹੋਤਾ ਥਾ, ਯਹੀ ਢਿੱਡ ਭਰਤੇ ਥੇ ਸਾਰੇ ਪੰਜਾਬ ਕੋ ਖਿਲਾਤੇ ਥੇ। ਦੂਸਰੀ ਬਾਤ, 1971 ਕੀ ਲੜਾਈ ਮੇਂ ਮਦਰਾਸੀ ਛੋੜ ਕਰ ਆਪ ਰਿਕਾਰਡ ਨਿਕਾਲੇ, ਮਦਰਾਸੀ ਛੋੜ ਕਰ ਦੁੱਕੇ ਰਾਈਫਲ ਛੋੜ ਕਰ ਬਾਰਡਰ ਪੇ ਖੇਮਕਰ ਸੈਕਟਰ ਮੇਂ ਬਾਗ ਆਏ ਥੇ ਪਿੱਛੇ,
और पंजाबी पीछे से जाकर लड़े थे, जैसे आर्मी से हाथ ले ले, पंजाबी वहां मरे थे ना कोई और। अभी आप ये क्यों पंजाबियों को अब आतंकवादी बोले? नहीं नहीं, आपने कहा कि सुरक्षा लेना चाहती है, बिल्कुल ये कभी वो छज्जे पे कभी वो छज्जे पे, हाँ जी ये पंजाबी नहीं चलेगा। ये अगर पंजाबियों को ऐसा बोले कि यहाँ से मंडी जाना बंद कर देंगे, पक्का लगाएंगे यहाँ से उधर ही रहेगी पहाड़ा में। सर आपके सिक्योरिटी को कंगना ने ब्रेक किया तो कंगना पे कोई एसआईटी बनाई जाए क्या हो? अगर सिक्योरिटी को कंगना ब्रेक करते तो कंगना पे एफआईआर ना, जहाँ पे अगर कोई व्यक्ति पुलिस वाले को बोलता है तो ड्यूटी में बिगड़ डाल के कारण उस पे एफआईआर होती है ना, तो कंगना क्या इस देश की नागरिक नहीं है? पंजाब का मुख्यमंत्री ये चाहता ये मसला परसों ही खत्म हो जाना चाहिए था। पंजाब के मुख्यमंत्री पे कोई सिरदर्दी नहीं, उसपे वो बोला ही नहीं, उसने एफआईआर दे दी और रूपोश रखी है, अभी वायरल नहीं की, एफआईआर कर दिया अपने दिल्ली वाले अकाउंट को खुश कर लिया। ना कोई मोदी की स्टेटमेंट है, इतनी बड़ा बोल के चलेगी सारे पंजाब को, पंजाबियों को वक्तवादी आतंकवादी बोल के चलेगी, मोदी जी की कोई स्टेटमेंट नहीं आई, पंजाब के मुख्यमंत्री की कोई स्टेटमेंट नहीं आई, हम लोग आतंकवादी हैं ना। तो जो भी है कंगना रनौत ने हरकत की थी बहुत माड़ी की थी, कोई भी मतलब सीसीटीवी फुटेज अजे तक बाहर नहीं आई, तो कुड़ी के उत्ते परचा दर्ज कर दिता। असी सारी किसान कांग्रेस परिवार के नाल खड़े हाँ, कोई भी संघर्ष करना पैना किसान जथेबंदियों के नाल, पंजाब किसान कांग्रेस मोटे ना मोटा जोड़ के उन्हों का समर्थन करेगी। जिन्ना चिर तक कंगना रनौत इस लड़की को माफ़ी नहीं मंगूगी, वो अपनी सिक्योरिटी बढ़ाने वास्ते सिखा पंजाब के किसानों पंजाबियों खालसा नहीं दस रही आ, जो कि बहुत गलत आ। मैं प्राइम मिनिस्टर मोदी को पूछना चाहना कि पार्लीमेंट जवाब दे, क्यों नहीं इस चीज़ पर जवाब दे रहे, क्यों नहीं बोल रहे? तो पंजाब सरकार पंजाब का मुख्यमंत्री जो किसानों का पंजाबियों का हदायशी कहता अपने आप को, वो क्यों नहीं बोलिया? उन्हें परचा दर्ज करके तो गुम नौ रखी है, जो एफ आई आर जी बाहर नहीं वायरल कर रहे, वो दसे स्थिति अपनी स्पष्ट कर, मोदी साहब भी कर, पंजाब का मुख्यमंत्री भी करे, नहीं तो असी कंगना रनौत का एयरपोर्ट तो जो मंडी में जाती है पंजाब किसान कांग्रेस यदा घराओ करेगी। ये पंजाब की जी शेरनी आ कुलविंदर कौर माई भागो की वारस आसी ये नाल चटान वन खड़ा गए, पंजाब किसान कांग्रेस पार्टी ये चटान वन खड़ेगी। तो जो भी इन्हों कानूनी सहायता की लड़ हो या कि धरने प्रदर्शन की किसी किस्म की लड़ है असी तेरह दर्ज पार्लीमेंट आजियाँ शेर सिंह जो ब्रदर आ वो पहला ही किसान जथेबंदी का आगू आ सरन सिंह पंधेर के नाल से मुहे मेरी उन्होंने गल हुई, वो कहें कोई पता नहीं लग रहा कि वह कितने आ, तो असी मतलब कोशिश कर रहे हैं कि साढ़े नाल इन टच कर पता जी उन्होंने ब्रदर नाल मैं जो अंदर एंटर किया बाहर ब्रदर ने गल करके फिर ही अंदर वो कहता भी नहीं पता जी कुछ लगता नहीं बाकी गुस्सा आ गया पंजाबियों आ जाता पंजाबी जे वह क्योंकि वो माँ भी जी प्रोटेस्ट के जाती है फिर सारा परिवार जो किसानी संघर्ष समर्पित आ, तो हो सकता गुस्सा आ गया, पर अजे तक कोई